एक सर्विसमैन एकता हो, एक सर्विसमैन एकता हो। ਅਸੀਂ ਕਿਸੇ ਨੂੰ ਪੈਸਾ ਨਹੀਂ ਲੈਣੇ ਔਰ ਕੋਈ ਅਗਰ ਪੈਸਾ ਮੰਗਦਾ ਸਾਡੇ ਨਾਂ ਤੇ ਇਹ ਵੀ ਧਿਆਨ ਰੱਖਿਓ ਮੇਰੇ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਕੋਈ ਪੈਸਾ ਮੰਗਦਾ ਤਾਂ ਮੈਨੂੰ ਫੋਨ ਮੇਰਾ ਫੋਨ ਕਰ ਲਿਓ ਮੈਨੂੰ ਫੋਨ ਕਰਿਓ ਜਾਂ ਪਿਛਲਤਾ ਸਾਹਿਬ ਨੂੰ ਕਰੋ ਕੋਈ ਪੈਸਾ ਕਿਸੇ ਨੂੰ ਨਹੀਂ ਦੇਣਾ ਲੰਚ ਦੇ ਨਾਂ ਤੇ ਅਸੀਂ 500 ਬੰਦੇ ਦਾ ਲੰਚ ਦਾ ਤੁਹਾਡੇ ਲਈ ਸਾਰਿਆਂ ਦੀ ਲੰਚ ਦਾ ਦੂਸਰਾ ਜੋ ਦਰਸ਼ਨ ਸਾਹਿਬ ਨੇ ਦੇਖ ਲਓ ਇੱਕ ਬ੍ਰਿਗੇਡੀਅਰ ਤਿੰਨ ਕਰਨਲ ਪੜਾ ਦਿੱਤੇ ਇਹਨਾਂ ਨੇ ਸੰਗਮ ਪਹਿਲੇ ਤੇ ਇਹਨਾਂ ਨੇ ਜਿਸ ਤਰ੍ਹਾਂ ਕਹੀ ਆ ਗੱਲ ਟਾਈਮ ਤੇ ਆਓ ਦੇਖੋ ਉਸ ਦਿਨ ਅਸੀਂ ਪੂਰਾ ਡਿਸਿਪਲਨ ਦਿਖਾਉਣਾ ਜਿਹੜਾ ਅੱਜ ਜਿਸ ਤਰ੍ਹਾਂ ਅਸੀਂ ਬੋਲਦੇ ਪਏ ਵੀ ਸਾਰਾ ਵੀਡੀਓ ਬਣਦਾ ਹੋਇਆ ਉਸ ਦਿਨ ਜਿਹੜਾ ਵੀ ਜਿੱਥੇ ਲਾਈਵ ਚੱਲੇ ਆ ਯੂਟਿਊਬ 'ਤੇ ਜਿੱਥੇ ਕੈਮਰੇ ਲੱਗੇ ਦੇ ਹੋਣਗੇ ਤੁਹਾਡੀ ਲਾਈਵ ਪੂਰਾ ਇੰਡੀਆ ਜਾਂ ਬਾਹਰ ਵੀ ਅਗਰ ਕੋਈ ਦੇਖ ਰਿਹਾ ਯੂਟਿਊਬ 'ਤੇ ਉਹ ਸਾਨੂੰ ਦੇਖੇਗਾ ਸਾਡੀਆਂ ਐਕਟੀਵਿਟੀਆਂ ਅਤੇ ਇੱਕ ਨਵਾਂ ਸ਼ਹਿਰ ਦੀ ਐਕਸਰਸ ਕਰਨ ਵਾਲੀ ਯੂਨਿਟੀ ਦੱਸਣ ਲਈ ਜ਼ਿਆਦਾ ਤੋਂ ਜ਼ਿਆਦਾ ਬੰਦਾ 1000 ਵੀ ਲਾ ਉਹ ਖਾਣੇ ਦਾ ਸਾਡਾ ਬੰਦੋਬਸਤ ਹੈ ਸਭ ਅਰੇਂਜਮੈਂਟ ਅਸੀਂ ਕਰਾਂਗੇ ਦੂਸਰਾ ਸਰਵਿਸ ਦਾ ਰੈਂਕ ਸ਼ੁਕਰ ਵਾਲਾ ਅਤੇ ਉਹਦੀ ਇਹਦੀ ਪ੍ਰਾਪਤ ਹੋਣੀ ਚਾਹੀਦੀ ਹੈ ਹੁਣ ਇਹ ਕੀ ਕਰ ਰਹੇ ਨਾ ਕਿ ਜੁਲਾਈ 2014 ਤੋਂ ਪਹਿਲੇ ਵਾਲਿਆਂ ਦੇ ਪੈਸੇ ਅਲੱਗ ਹੈ 19 ਤੋਂ ਬਾਅਦ 14 ਦੇ ਬਾਅਦ ਵਾਲਿਆਂ ਦੇ ਅਲੱਗ ਹੈ ਜਿਹੜੇ ਹੁਣ ਆ ਰਹੇ ਉਹਨਾਂ ਦੇ ਘੱਟ ਹੈ ਇਹ ਸਮਝ ਆ ਮੈਂ ਫਿਰ ਰਿਪੀਟ ਕਰ ਰਿਹਾ ਮੈਂ ਕਿਹਾ ਨਾ ਕਿ ਪੇਟ ਮਿਸ਼ਨ ਨਹੀਂ ਬਿਠਾਉਣਾ ਇਹਨਾਂ ਨੇ ਤੁਹਾਡਾ ਅਗਰ ਨਾਲ ਬੈਠੇ ਰਹੋਗੇ ਤੇ ਇਹਨਾਂ ਨੇ ਇਸੇ ਤਰ੍ਹਾਂ ਕਦੇ ਜਾਣਾ ਔਰ ਇਹ ਮੈਂ ਵਾਪਸ ਜਾ ਕੇ ਪਿੰਡ ਜਾਂ ਹੁਣ ਵੀ ਇੱਕ ਦੋ ਨੂੰ ਪੁੱਛ ਕੇ ਦੱਸ ਦਿਓ ਹੈ ਕਿ ਨਹੀਂ ਪੈਨਸ਼ਨ ਕਾਰਡ 19 ਜੁਲਾਈ 14 ਜੁਲਾਈ ਤੋਂ ਪਹਿਲੇ ਜਿਹੜੇ ਆਏ ਦਿਨ ਉਹ ਨਾਇਕ ਪੁੱਛੇ ਔਰ ਨਾਲ ਪੁੱਛੇ ਤੁਹਾਨੂੰ ਆਪ ਹੀ ਮੰਗਾ ਦਿੰਦੇਗਾ ਉਹਦੇ ਬਾਅਦ ਜਿਹੜੇ ਆਏ ਦਿਨ 19 ਦੇ ਬਾਅਦ ਜਿਹੜੇ ਆਏ ਦਿਨ ਅਤੇ 20-22 ਦੇ ਜਾਂ 23-24 ਦੇ ਬਣਾਉਣਗੇ ਉਹਨਾਂ ਦੀਆਂ ਪੈਨਸ਼ਨਾਂ ਦੇਖੋ ਜੇ ਇਹਨਾਂ ਨੇ ਮਿਲਾਉਂਦੇ ਰਹਿਣਾ ਅਤੇ ਤੁਹਾਡਾ ਪੈਰਾਮਿਲਟਰੀ ਫੋਰਸ ਦੀ ਤਰ੍ਹਾਂ ਹੋ ਜਾਣਾ ਇੱਥੇ ਪੈਨਸ਼ਨ ਤੋਂ ਵੀ ਠੱਪ ਹੋ ਜਾਣੀ ਹੈ ਅਤੇ ਚਲੋ ਇਕੱਠੇ ਹੋ ਜਾਓ ਵਿਟੋ ਦੱਸੋ ਕਿੰਨੀ ਬੜੀ ਗਲਤ ਪੋਲਿਸੀ ਆ ਗੌਰਮੈਂਟ ਦੀ ਇੱਕ ਐਕਸਰਸ ਮੈਨ ਦੀ ਜਨਾਨੀ ਮਰ ਜਾਂਦੀ ਹੈ ਉਹਦੀ ਪੈਨਸ਼ਨ ਕਿਉਂ ਨਹੀਂ ਕਰ 7 ਸਾਲ ਬਾਅਦ ਕੱਟ ਕਰਦੇ ਤੁਸੀਂ ਇੱਕ ਐਕਸਰਸ ਮੈਨ ਦੀ ਵਾਈਫ ਦੀ ਡੈਥ ਹੋ ਜਾਂਦੀ ਹੈ